ਦੇ ਰੋਹੀ ਕੰਡਾ ਸੁਨਸਾਨ ਜਗ੍ਹਾ ਤੇ ਜਿਹੜਾ ਸੁਨਸਾਨ ਜਗ੍ਹਾ ਤੇ ਲਾਸ਼ ਮਿਲਣ ਦੇ ਨਾਲ ਦਹਿਸ਼ਤ ਫੈਲ ਗਿਆ। ਦਰਅਸਲ ਮਾਮਲਾ ਇਹ ਹੈ ਕਿ ਈ ਰਿਕਸ਼ਾ ਚਲਾਉਣ ਵਾਲੇ ਦਲਬੀਰ ਸਿੰਘ ਚੋਕੀ ਕਾਜੀਕੋਟ ਤੇ ਰਹਿਣ ਵਾਲੇ ਹਨ ਤੇ 2 ਦਿਨ ਤੋਂ ਲਾਪਤਾ ਸੀ। ਪਰਿਵਾਰ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਸਿਟੀ ਪੁਲਿਸ ਨੂੰ ਲਿਖਾਈ ਗਈ। ਪੁਲਿਸ ਤੇ ਪਰਿਵਾਰ ਨੇ ਖਾਦਸਾ ਜਤਾਇਆ ਕਿ ਮੋਬਾਈਲ ਪੈਸੇ ਤੇ ਈ ਰਿਕਸ਼ਾ ਗਾਇਬ ਹੈ। ਇਹ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਕਿੰਨੀਅਤ ਦੇ ਨਾਲ ਜੁੜਾ ਹੈ। ਇਹਨਾਂ ਨੂੰ ਮਾਰ ਕੇ ਸੁੱਟ ਗਏ ਨੇ ਤੇ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿੰਨੇ ਬੱਚੇ ਤੁਹਾਡੇ? ਮੇਰੇ 2 ਬੇਟੇ ਨੇ। ਕੁਆਰੇ ਨੇ? ਹਾਂਜੀ। ਇਹ ਕੀ ਕੰਮ ਕਰਦੇ ਸੀ? ਇਹ ਕੁਛ ਨਹੀਂ ਕਰਦੇ ਭਾਜੀ, ਪੜ੍ਹਦੇ ਤੇ। ਤੇ ਤੁਹਾਡਾ ਹਸਬੰਡ ਕੀ ਕਰਦੇ ਸੀ? ਇਹ ਇਦਾਂ ਦਿਹਾੜੀ ਦੱਪਾਈ ਕਰਦੇ ਸੀ, ਹਲਵਾਈ ਵੀ ਸੀ ਤੇ ਨਾਲ ਆਟੋ ਰਿਕਸ਼ਾ ਚਲਾਉਂਦੇ। ਤੇ ਆਟੋ ਰਿਕਸ਼ਾ ਹੈਗਾ ਉਹਨਾਂ ਕੋਲ ਪਤਾ ਲੱਗਾ? ਹਾਂਜੀ, ਨਹੀਂ ਭਾਜੀ ਉਹ ਵੀ ਨਾਲ ਹੀ ਲੈ ਕੇ। ਦਰਖਾਸਤ ਦਿੱਤੀ ਸੀ ਤੁਸੀਂ? ਹਾਂਜੀ ਦਿੱਤੀ। ਕੀ ਮੰਗ ਕਰਦੇ ਜੋ? ਅਸੀਂ ਤੇ ਮੰਗ ਭਾਜੀ ਇਹੋ ਕਰਦੇ ਆ ਕਿ ਸਾਡਾ ਜੋ ਵੀ ਇਹਨੇ ਇਹੋ ਜਿਹਾ ਕੰਮ ਕੀਤਾ ਵਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਅੱਗੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਗਰੀਬ ਨਾਲ ਧੱਕਾ ਨਾ ਹੋਵੇ। ਉਹ ਝਾੜੂ ਪੋਚੇ ਕਰ ਕਰਕੇ ਗੱਡੀ ਲਈ ਆ, ਬੜੀ ਮਿਹਨਤ ਨਾਲ ਆਪਣੀ ਫੇਰ ਪਾਈ। ਤੋਂ ਹੀ ਲੱਭ ਰਹੇ ਹਾਂ। 6 ਵਜੇ ਤੋਂ ਗਏ ਸੀ ਇਹ ਘਰੇ ਤੜਕੇ ਤੇ ਸ਼ਾਮ ਨੂੰ ਘਰੇ ਨਹੀਂ ਆਏ ਤੇ ਲੱਭਦੇ ਰਹੇ 2 ਦਿਨ, ਪਤਾ ਨਹੀਂ ਲੱਗਾ। ਕੱਲ੍ਹ ਫਿਰ ਰਿਪੋਰਟ ਕੀਤੀ, ਸਰਗਾਹ ਦਿੱਤੀ ਤੇ ਅੱਜ ਫਿਰ ਫੋਨ ਆਇਆ ਨਵੀਰ ਨੂੰ ਕਿ ਇੱਦਾਂ ਕੋਈ ਇੱਥੇ ਹੈਗੀ ਆ, ਲਾਸ਼ ਪਈ ਆ ਤੇ ਵੇਖ ਲਓ। ਆਏ ਇੱਥੇ ਤੇ ਇਹਦੇ ਫਿਰ ਫਾਦਰ ਹੀ ਉਹ ਤੇ ਚਲੋ ਕੀਤਾ ਲੁਟੇਰਿਆਂ ਨੇ ਮਾੜਾ ਹੀ ਆ। ਹਾਂਜੀ, ਬੈਟਰੀ ਰਿਕਸ਼ਾ ਚਲਾਉਂਦੇ। ਹਾਂਜੀ, ਨਹੀਂ ਹੈਗਾ ਭਾਈ ਇਹ ਲੁਟੇਰਿਆਂ ਦਾ ਕੰਮ ਆ, ਇਹ ਭਾਈ ਲੁਟੇਰਿਆਂ ਦਾ ਕੰਮ ਆ। ਅਮਲੀ ਤੁਹਾਨੂੰ ਪਤਾ ਕਿੰਨੇ ਅਮਲੀ ਹੈਗੇ ਆ, ਅਮਲੀਆਂ ਦਾ ਕੰਮ ਹੀ ਹੈ ਸਾਰਾ। ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਪੰਜਾਬ। ਇਸ ਵੇਲੇ ਦੀ ਵੱਡੀ ਖਬਰ ਤਰਨ ਤਾਰਨ ਰੋਹੀ ਹੈ, ਰੋਹੀ ਕੰਡਾ, ਜਿੱਥੇ ਕਿ ਇੱਕ ਆਟੋ ਵਾਲਾ ਆਪਣਾ ਆਟੋ ਲੈ ਕੇ ਜਾ ਰਿਹਾ ਸੀ ਤਾਂ ਉਸਦੇ ਪਰਿਵਾਰ ਨੇ 2 ਦਿਨ ਤੋਂ ਦੇਖਿਆ ਸੀ ਕਿ ਸਾਡੇ ਪਿਤਾ ਜੀ ਜਿਹੜੇ ਨਹੀਂ ਲੱਭ ਰਹੇ ਤਾਂ ਉਹਨਾਂ ਨੇ ਦਰਖਾਸਤ ਵੀ ਦਿੱਤੀ। ਪਰ ਅੱਜ ਜਦੋਂ ਸਵੇਰੇ ਪਤਾ ਲੱਗਾ ਤਾਂ ਕਿ ਉਹਨਾਂ ਦੀ ਲੁੱਟ ਖੋ ਕੀਤੀ ਗਈ ਹੈ, ਲੁੱਟ ਖੋ ਕਰਕੇ 3 ਵੀਲਰ ਜਿਹੜਾ ਵਾ ਉਹ ਵੀ ਲੈ ਚੁੱਕੇ ਨੇ ਤਾਂ ਉਹਨਾਂ ਨੂੰ ਮਾਰ ਕੇ ਜਿਹੜਾ ਵਾ ਇੱਥੇ ਸੁੱਟ ਗਏ ਨੇ। ਉਹ ਸੋ ਉਹ ਤਸਵੀਰਾਂ ਦੇਖ ਸਕਦੇ ਜੋ ਕਿ ਉਸ ਜਗ੍ਹਾ ਦੇ ਉੱਪਰ ਪਏ ਹੋਏ ਨੇ ਤਾਂ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਉਹ ਉੱਥੇ ਪਈ ਹੈ ਤੇ ਉਹਦੇ ਨਾਲ ਪੁਲਿਸ ਵੀ ਜਿਹੜੀ ਮੌਕੇ ਤੇ ਪਹੁੰਚੀ ਹੈ ਔਰ ਜਿਹੜਾ ਕਿ ਸ਼ਨਾਖਤ ਕੀਤੀ ਗਈ ਉਹਦੇ ਪਰਿਵਾਰ ਵੱਲੋਂ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਹ ਮੇਰੇ ਪਿਤਾ ਜੀ ਨੇ ਤਾਂ ਉਹਨਾਂ ਦੀ ਜਿਹੜੀ ਕਿ ਲੁੱਟ ਖੋ ਕੀਤੀ, ਲੁੱਟ ਖੋ ਕਰਨ ਤੇ ਉਹਨਾਂ ਦੇ ਜਿਹੜਾ ਮਾਰ ਕੇ ਸੁੱਟ ਗਏ ਨੇ। ਸੋ ਐਸੀ ਘਟਨਾ ਹੁਣ ਹੋਣ ਲੱਗ ਪਈ ਹੈ ਕਿ ਅਗਰ ਤੁਸੀਂ ਇਕੱਲੇ ਕਿਤੇ ਜਾ ਰਹੇ ਜੋ ਤਾਂ ਸਾਵਧਾਨ ਰਹੋ, ਕਦੋਂ ਕੀ ਘਟਨਾ ਵਾਪਰ ਜੇ ਕੋਈ ਨਹੀਂ ਜਾਣਦਾ। 3 ਦਿਨ ਤੋਂ ਲਾਪਤਾ ਸੀ ਤਾਂ ਉਸ ਤੋਂ ਬਾਅਦ ਜਦੋਂ ਕਿ ਅੱਜ ਪਤਾ ਲੱਗਾ ਤਾਂ ਉਹਨਾਂ ਦੀ ਲੁੱਟ ਖੋ ਹੋਈ ਹੈ, 3 ਵੀਲਰ ਵੀ ਲੈ ਗਏ ਨੇ, ਮੋਬਾਈਲ ਵੀ ਹੋ ਸਕਦਾ, ਕੋਈ ਵੀ ਸਮਾਨ ਜਿਹੜਾ ਨਜ਼ਰ ਨਹੀਂ ਆ ਰਿਹਾ। ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ਼ ਦਿੱਤਾ ਜਾਵੇ, ਜਿਹੜੇ ਲੁੱਟ ਖੋ ਕਰਨ ਵਾਲੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਇੰਡੀਆ ਨਿਊਜ਼, ਵਿਜੇ ਕੁਮਾਰ, ਤਰਨ ਤਾਰਨ।